पंजाब की नवी बनी भगवंत सिंह मान की सरकार का एक नवा फैसला किसानों नूं रास नहीं आया है। सत श्री अकाल जी का खालस टीवी देखने वाले देश दुनिया के दे साढ़े सारे दर्शकों का बहुत बहुत स्वागत है। खास रिपोर्ट के नाल मैं हरशरण कौर। पंजाब के किसानों के दिलों झोने की सीधी बिजाई का फैसला जचया नहीं है, जां फिर कह सकते हैं कि पुग्या नहीं है आर्थिक तौर पर। यही वजह है कि पंजाब खेतीबाड़ी विभाग मिथे टीचे तो उक गया है। पंजाब के मुख्यमंत्री भगवंत सिंह मान ने किसानों झोने की सीधी बिजाई हेठला रकबा पहला नालों दुगना करन दी थापी दित्ती सी। पिछली सौनी विच सरकार ने सीधी बिजाई हेठला रकबा 6 लाख हैक्टेयर मिथिया सी। इस बारी मुख्यमंत्री वालों दिते टीचे दे नालों झोने की सीधी बिजाई 90% नालों घट हुई है। पंजाब सरकार ने इस बारी 30 लाख एकड़ यानी कि 12 लाख हैक्टेयर रकबा सीधी बिजाई हेठ लियाउण दा टीचा दिता सी, पर अंकड़े दसदे ने कि झोने की सीधी बिजाई सिर्फ 82,500 हैक्टेयर नूं भी नहीं टप सकी। हालांकि मुख्यमंत्री मान ने अपने खेतों के सीधी बिजाई करने की तस्वीरां अखबारों के छपवा के किसानों को प्रभावित करना चाहिया सी। जिहड़े किसान झोने की सीधी बिजाई करनगे उन्होंने लिए एक खास रकम का ऐलान भी किया सी, पर किसानों ने हाले सीधी बिजाई की विधि नूं दिलों नहीं अपनाया है। हालांकि मुख्यमंत्री ने वारी वारी तर्क दिता सी कि इस दे नाल पंजाब का पानी है जिहड़ा जमीन हेठला पानी है उसनों असीं बचा सकांगे ते सारे रल के ही बचा सकते हैं। झोने करके ਸਾਡੇ ਧਰਤੀ ਦੇ ਪਾਣੀ ਦਾ ਪੱਧਰ ਜਿਹੜਾ ਉਹ ਬਹੁਤ ਥੱਲੇ ਜਾ ਚੁੱਕਿਆ, ਬਹੁਤ ਡੂੰਘਾ ਜਾ ਚੁੱਕਿਆ। ਰੈੱਡ ਜ਼ੋਨ 'ਚ ਕਈ ਜ਼ਿਲ੍ਹੇ ਆ ਚੁੱਕੇ ਨੇ। ਖੇਤੀ ਦੇ ਸਪੈਸ਼ਲਿਸਟਾਂ ਨੇ ਬਿਜਾਈ ਦੇ 2-3 ਨਵੇਂ ਤਰੀਕੇ ਕੱਢੇ ਨੇ। ਜੇ ਆਪਾਂ ਕੱਦੂ ਨਾ ਕਰਕੇ ਜਿਹਦੇ 'ਚ ਪਾਣੀ ਬਹੁਤ ਜ਼ਿਆਦਾ ਲੱਗਦਾ ਸਿੱਧੀ ਬਿਜਾਈ ਕਰਾਂਗੇ ਜਿਹਦੇ ਵਿੱਚ ਪਹਿਲਾਂ ਰੌਣੀ ਕਰਕੇ ਉਹ ਤੋਂ ਬਾਅਦ ਜਦੋਂ ਵੱਤਰ ਆ ਗਈ ਵੱਤ ਆ ਗਈ ਜ਼ਮੀਨ ਤਾਂ ਉਹਨੂੰ ਵਾਹ ਕੇ ਅਤੇ ਸੁਹਾਗਾ ਮਾਰ ਕੇ ਉਹ ਤੋਂ ਬਾਅਦ ਸਿੱਧੀ ਬਿਜਾਈ ਕਰ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਿੱਧੀ ਬਿਜਾਈ ਵਾਲੀ ਫਸਲ ਜਿਹੜੀ ਹੈ ਉਹਦੇ ਵੱਲ ਪ੍ਰੇਰਿਤ ਕਰੋ। ਜਿਹੜਾ ਫੈਸਲਾ ਵੱਡਾ ਪੰਜਾਬ ਸਰਕਾਰ ਵੱਲੋਂ ਇਹ ਹੈ ਕਿ ਜਿਹੜਾ ਕਿਸਾਨ ਆਪਣੇ ਖੇਤ ਦੇ ਵਿੱਚ ਸਿੱਧੀ ਬਿਜਾਈ ਨਾਲ ਝੋਨਾ ਲਾਊਗਾ ਉਹਨੂੰ 1500 ਰੁਪਈਆ ਪਰ ਏਕੜ ਸਹਾਇਤਾ ਦਿੱਤੀ ਜਾਊਗੀ। खेती माहिरां दा कहना है कि मुख्यमंत्री वालों असलीयत नूं दूर रह के झोने की सीधी बिजाई हेठला रकबा 12 लाख हैक्टेयर मिथ दिता गया सी। उंज माहिर यह भी मानते हैं कि झोने की सीधी बिजाई नाल 30% तक पानी की बचत हो जानी सी। इस वेले किलो झोने दे लई बहुत पानी की खपत हो जाती है, 3.367 लीटर पानी की खपत 1 किलो झोने ते ही हो जाती है। खेतीबाड़ी विभाग के अंकड़ों मुताबिक झोने लई इस बारी जिन्ना हैक्टेयर रकबा रखा गया सी उहदे विचों सिर्फ 82,500 हैक्टेयर विच ही झोने की सीधी बिजाई हुई है, जबकि 2.5-2.5 लाख हैक्टेयर ਦੇ ਵਿੱਚ ਬਾਸਮਤੀ ਲਾਈ ਹੈ ਕਿਸਾਨਾਂ ਨੇ। ਪਲਮਲ ਝੋਨੇ ਦੇ ਲਈ 22 ਲੱਖ ਤੋਂ ਵੱਧ ਹੈਕਟੇਅਰ ਏਕੜ ਰਕਬਾ ਬਚਿਆ ਹੈ। ਕੇਂਦਰ ਵੱਲੋਂ ਝੋਨੇ ਉੱਤੇ ਘੱਟੋ ਘੱਟ ਸਮਰਥਨ ਮੁੱਲ ਦੇ ਕੇ ਪਲਮਲ ਹੇਠਲਾ ਰਕਬਾ ਘਟਣ ਦੀ ਥਾਂ ਵਧਿਆ ਹੈ। ਕੇਂਦਰ ਸਰਕਾਰ ਵੱਲੋਂ ਝੋਨੇ ਦਾ ਮੁੱਲ 960 ਰੁਪਏ ਪ੍ਰਤੀ ਕੁਇੰਟਲ ਵਧਾ ਕੇ 2060 ਰੁਪਏ ਵੀ ਕੀਤਾ ਗਿਆ। ਬਾਸਮਤੀ ਹੇਠਲਾ ਰਕਬਾ 2.25 ਲੱਖ ਹੈਕਟੇਅਰ ਨੂੰ ਜਾ ਪਹੁੰਚਿਆ, ਜਦਕਿ 4 ਲੱਖ ਹੈਕਟੇਅਰ ਨੂੰ ਪਹੁੰਚਣ ਦੀ ਸੰਭਾਵਨਾ ਹੈ। ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਮੁਕਤਸਰ, ਬਰਨਾਲਾ ਅਤੇ ਫਾਜ਼ਿਲਕਾ ਦੇ ਵਿੱਚ ਬਾਸਮਤੀ ਦੀ ਲਵਾਈ ਚੱਲ ਰਹੀ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਕਿ ਇਸ ਸਾਲ ਬਾਸਮਤੀ ਹੇਠਲਾ ਰਕਬਾ 1.5 ਲੱਖ ਹੈਕਟੇਅਰ ਵਧਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਪੰਜਾਬ 'ਚ ਝੋਨੇ ਹੇਠਲਾ ਰਕਬਾ 29-30 ਲੱਖ ਹੈਕਟੇਅਰ ਦੇ ਵਿਚਕਾਰ ਰਹੇਗਾ। ਸੋ ਪੰਜਾਬ ਸਰਕਾਰ ਦੀ ਬਦਲਵੀਂ ਖੇਤੀ ਦੀਆਂ ਯੋਜਨਾਵਾਂ ਇਸ ਵਾਰ ਵੀ ਧਰੀਆਂ ਧਰਾਈਆਂ ਰਹਿ ਗਈਆਂ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਚਾਹੇ ਇਸ ਵਾਰੀ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦਾ ਦਾਅਵਾ ਕਰ ਰਿਹਾ ਹੈ, ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਹਿੰਦੇ ਨੇ ਕਿ 15 ਜੂਨ ਤੋਂ ਪਹਿਲਾਂ ਬਿਜਲੀ ਦੇ ਲੱਗਦੇ ਘੰਟਿਆਂ ਬੱਧੀ ਕੱਟਾਂ ਨੇ ਕਿਸਾਨਾਂ ਦੇ ਮਨਾਂ ਵਿੱਚ ਸਿੱਧੀ ਲੁਆਈ ਦੇ ਲਈ ਸਹਿਮ ਪੈਦਾ ਕੀਤਾ ਹੈ। ਖੇਤੀਬਾੜੀ ਵਿਭਾਗ ਦਾ ਵੀ ਇਹ ਕਹਿਣਾ ਹੈ, ਮੰਨਣਾ ਹੈ ਕਿ ਯਤਨ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਦਿੱਤੇ ਟੀਚੇ ਤੋਂ ਪਛੜ ਕੇ ਰਹਿ ਗਏ ਹਾਂ। ਵਿਭਾਗ ਦਾ ਇਹ ਵੀ ਕਹਿਣਾ ਕਿ ਸਰਕਾਰ ਦੇ ਫੈਸਲੇ ਤੇ ਅਸਲੀਅਤ ਦੇ ਵਿੱਚ ਬਹੁਤ ਵੱਡਾ ਫਰਕ ਹੈ, ਜਿਸ ਨੂੰ ਅਮਲੀ ਤੌਰ ਤੇ ਵਿਚਾਰਨ ਤੋਂ ਟਾਲਾ ਵੱਟਿਆ ਜਾਂਦਾ ਰਿਹਾ ਹੈ। ਵਿਭਾਗ ਦੇ ਅਧਿਕਾਰੀ ਤਾਂ ਇਹ ਵੀ ਮੰਨਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਬਿਜਾਈ ਹੇਠਲਾ ਰਕਬਾ ਪਹਿਲਾਂ ਨਾਲੋਂ ਦੁੱਗਣਾ ਕਰਨ ਦਾ ਸੁਝਾਅ ਵੀ ਉਹਨਾਂ ਦੇ ਆਪਣੇ ਵਿਭਾਗ ਵਿੱਚ ਦਿੱਤਾ ਗਿਆ ਸੀ। ਅਣਅਧਿਕਾਰਿਤ ਸੂਤਰ ਦੱਸਦੇ ਨੇ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਲੁਆਈ ਹੇਠਲਾ ਰਕਬਾ ਇਸ ਸਾਲ ਨਾਲੋਂ ਵੱਧ ਸੀ, ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਬਾਰੇ ਬੋਲਣ ਤੋਂ ਟਾਲਾ ਵੱਟ ਰਹੇ ਨੇ। ਦੂਜੇ ਪਾਸੇ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਕਹਿੰਦੇ ਨੇ ਕਿ ਇਸ ਵਾਰੀ ਮੌਨਸੂਨ ਸਮੇਂ ਸਿਰ ਵਰ ਗਈ ਹੈ, ਜਿਸ ਕਰਕੇ ਫਸਲ ਨੂੰ ਜੜ ਫੜਨ ਦੇ ਵਿੱਚ ਦੇਰੀ ਨਹੀਂ ਲੱਗੀ ਅਤੇ ਲੁਆਈ ਹੁੰਦਿਆਂ ਨਾਲੋਂ ਨਾਲ ਖੇਤਾਂ ਵਿੱਚ ਹਰਿਆਲੀ ਵੀ ਦਿਸਣ ਲੱਗੀ ਹੈ। ਤੱਥ ਦੱਸਦੇ ਨੇ ਕਿ 2 ਸਾਲ ਪਹਿਲਾਂ ਕਿਸਾਨਾਂ ਨੇ ਆਪਣੇ ਪੱਧਰ 'ਤੇ ਝੋਨੇ ਦੀ ਸਿੱਧੀ ਬਿਜਾਈ ਦਾ ਫੈਸਲਾ ਲਿਆ ਸੀ, ਪਹਿਲੀ ਵਾਰੀ ਉਹ ਕਿਸਾਨਾਂ ਦੇ ਲਈ ਘਾਟੇ ਦਾ ਸੌਦਾ ਰਿਹਾ। ਹਾਲਾਂਕਿ ਕਿਸਾਨ ਇਹ ਵੀ ਮੰਨਦੇ ਨੇ ਕਿ ਜੇ ਲਗਾਤਾਰ 3 ਸੀਜ਼ਨ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰੀਏ ਤਾਂ ਅਸੀਂ ਫਾਇਦੇ ਵਿੱਚ ਰਹਾਂਗੇ, ਪੰਜਾਬ ਵੀ ਫਾਇਦੇ ਵਿੱਚ ਰਹੇਗਾ, ਪਰ ਉਹ 3 ਸਾਲਾਂ ਦੀ ਸਰਕਾਰ ਸਾਨੂੰ ਗਰੰਟੀ ਤਾਂ ਦੇਵੇ ਕਿ 3 ਸਾਲਾਂ ਦੇ ਵਿੱਚ ਜੋ ਤੁਹਾਡਾ ਨੁਕਸਾਨ ਹੋਊਗਾ ਉਹਦੀ ਅਸੀਂ ਭਰਪਾਈ ਕਰਾਂਗੇ।
किसानों ने कोविड दौरान लुआई के लिए मजदूर ना मिलने के डरों सीधी बिजाई की सी, पर पंजाब खेतीबाड़ी यूनिवर्सिटी तो खरीदया बी नकली निकलन करके मुड़ तो झोना लाना पाया। किसानों दोहरी वित्ती मार झलनी पई तो हुण किसान दुध वांगू लस्सी भी फूका मार मार के पी रहा है। सरकारी आंकड़े के मुताबिक 1970-71 दौरान झोने हेठला रकबा सिर्फ 2 लाख हैक्टेयर से, जिहड़ा कि 2020 तक वध के 31 लाख हैक्टेयर नू पार कर गया। पंजाब के 12 जिले में झोना ज़्यादा लाया जाता है, जिस नाल धरती हेठला पानी होर हेठा चला गया। केंद्र सरकार पंजाब तो जिन्ना झोना खरीदती है उसके लिए पंजाब नू 63,000 बिलियन लीटर की लोड़ पैंदी है, जिदे विचों 70% धरती के हेठों खपत हुंदा है। खेती माहिर सरदारा सिंह जौल कहंदे ने कि जे सरकार किसानों नू मुफ्त बिजली सबसिडी देनी बंद कर देवे तो यही पैसा उन्हां दे खाते सीधा सबसिडी वजो जमा करवा दिता जाए तो किसान झोना लाने तो आपे पिछे मुड़ जाएंगे। उन्होंने दावा है कि किसान बिजली के पानी की वरतों करने तो पहला 100 वारी सोचूगा। दूजे पासे क्रेड के डायरैक्टर प्रोफेसर आर एस घुमन का दावा है कि पंजाब के किसानों को कणक के झोने की खेती तो बिना कोई चारा बचता ही नहीं है। इस दरमियान भारत के खेतीबाड़ी मंत्री जिहड़े ने वह किसानों यह सुनेहा दे रहे हैं कि वध तो वध झोना लाओ, क्योंकि इस बार झोने की डिमांड यानी कि चौलों की डिमांड काफ़ी ज़्यादा वध गई है। प्राइम टाइम देखने वाले सारे दर्शकों का धन्यवाद।